ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਭੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ, ਤਹਿਸੀਲ ਲਹਿਰਾਗੱਗ। ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ, ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਹੈ, ਠੀਕ ਨਹੀਂ ਹੋ ਰਹੇ, ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਹੈ, ਸਰੀਰ ਨੂੰ ਹੋਰ ਖਰਾਬ ਕਰ ਰਹੇ ਹੈ, ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਬਜ਼ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ। ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਿਲਦੇ ਹਾਂ। ਸੋ ਇਹ ਜਿਹੜਾ ਡਸਕਾ ਪਿੰਡ ਹੈ, ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਤਹਿਸੀਲ ਹੈ ਜਿਹੜੀ ਉਹ ਲਹਿਰਾਗੱਗ ਹੈ, ਨੇੜੇ ਸ਼ਹਿਰ ਬੁਢਲਾਡਾ ਵੀ ਹੈ, ਨੇੜੇ ਸ਼ਹਿਰ ਬਰੇਟਾ ਵੀ ਹੈ, ਨੇੜੇ ਸ਼ਹਿਰ ਲਹਿਰਾਗਾਗਾ ਵੀ ਹੈ ਅਤੇ ਨੇੜੇ ਸ਼ਹਿਰ ਸੁਨਾਮ ਵੀ ਹੈ। ਹਰ ਐਤਵਾਰ ਨੂੰ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ, ਮੈਨੂੰ ਮਿਲ ਕੇ ਨਬਜ਼ ਦਿਖਾ ਕੇ ਗਰੰਟੀ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਦੇਸੀ ਆਯੁਰਵੇਦਿਕ ਜੜੀ ਬੂਟੀਆਂ ਭਸਮਾਂ ਨਾਲ ਕਰਵਾ ਸਕਦੇ ਹਾਂ। ਹੁਣ ਜਿਹੜਾ ਵਿਸ਼ਾ ਮੈਂ ਤੁਹਾਡੇ ਚਰਨਾਂ ਦੇ ਵਿੱਚ ਅੱਜ ਲੈ ਕੇ ਆਇਆ, ਉਹਦੇ ਨਾਲ ਤਕਰੀਬਨ ਤਕਰੀਬਨ ਹਰ ਇੱਕ ਪਰਿਵਾਰ 'ਚ ਕਿਸੇ 'ਚ ਇੱਕ, ਕਿਸੇ 'ਚ ਦੋ, ਕਿਸੇ ਨੂੰ ਸਾਰੇ ਪਰਿਵਾਰ 'ਚ ਹੀ ਇਹ ਬਿਮਾਰੀ ਆ ਗਈ। ਸਾਨੂੰ ਖਾਣ ਪੀਣ ਹੀ ਇਦਾਂ ਦਾ ਹੋ ਗਿਆ, ਰੇਹਾਂ ਸਪਰੇਆਂ ਹੀ ਇੰਨੀਆਂ ਸੀ, ਕੈਮੀਕਲ ਹੀ ਇੰਨੇ ਵਰਤ ਲਏ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਕਿ ਸਾਡੇ ਅੱਜ ਛੋਟੇ ਛੋਟੇ ਬੱਚਿਆਂ ਨੂੰ ਵੀ ਇਸ ਬਿਮਾਰੀ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ। ਉਹ ਹੈ ਸ਼ੂਗਰ। ਸਾਡੇ ਹਰ ਇੱਕ ਪਰਿਵਾਰ 'ਚ ਕਿਸੇ 'ਚ ਇੱਕ, ਕਿਸੇ 'ਚ ਦੋ ਇਹ ਮਰੀਜ਼ ਮਿਲਦੇ ਆ। ਦਵਾਈਆਂ ਖਾ ਰਹੇ ਹੈ, ਕਿਸੇ ਦੇ ਟੀਕੇ ਲੱਗ ਰਹੇ ਹੈ, ਢਿੱਡ ਪਾੜ ਰਹੇ ਹੈ ਕੋਈ, ਔਰ ਇੰਨਾ ਦੁੱਖ ਹੁੰਦਾ ਵੀ ਛੋਟੇ ਛੋਟੇ ਬੱਚੇ 4-4 ਸਾਲ, 5-5 ਸਾਲ, 10-10 ਸਾਲ ਦੇ, ਕਈ ਵਾਰੀ 3-3 ਸਾਲ ਦੇ ਬੱਚਿਆਂ ਦੇ ਵੀ ਢਿੱਡ ਵਿਚਾਰਿਆਂ ਦੇ ਘੜੇ ਵਰਗੇ ਕੀਤੇ ਹੁੰਦੇ ਆ ਟੀਕੇ ਲਾ ਲਾ ਕੇ ਇਨਸੋਲੀਨ ਦੇ, ਕਿਉਂਕਿ ਹੋਰ ਐਲੋਪੈਥੀ ਦੇ ਵਿੱਚ ਇਲਾਜ ਨਹੀਂ ਇਹਦਾ, ਜਾਂ ਗੋਲੀਆਂ ਨੇ ਜਾਂ ਟੀਕੇ ਲਾ ਲਓ। ਸੋ ਆਯੁਰਵੇਦ ਹੈ ਜਿਹੜਾ ਇਸ ਸ਼ੂਗਰ ਦੀ ਬਿਮਾਰੀ ਨੂੰ ਜੜ ਚੋਂ ਖਤਮ ਕਰਦਾ, ਕਿਉਂਕਿ ਹਰ ਇੱਕ ਚੀਜ਼ ਸਾਡੇ ਜੋ ਬ੍ਰਹਿਮੰਡੇ ਸੋਈ ਪਿੰਡੇ, ਜਿਹੜਾ ਕੁਛ ਬ੍ਰਹਿਮੰਡ ਬਾਹਰ ਕੁਦਰਤ ਦੇ ਵਿੱਚ ਹੈ, ਉਹ ਹਰ ਇੱਕ ਚੀਜ਼ ਸਾਡੇ ਸਰੀਰ 'ਚ ਮੌਜੂਦ ਹੈ। ਤਾਂ ਹੀ ਅਸੀਂ ਜਿਹੜੀ ਬਾਹਰੋਂ ਚੀਜ਼ ਖਾਵਾਂਗੇ ਉਹਦਾ ਸਵਾਦ ਦਾ ਤਾਂ ਹੀ ਪਤਾ ਲੱਗਦਾ, ਕਿਉਂਕਿ ਉਹ ਸਾਡੇ ਅੰਦਰ ਹੈ। ਸ਼ੂਗਰ ਮਿੱਠਾ ਸਾਡੇ ਸਰੀਰ 'ਚ ਹੈ, ਪਰ ਇੱਕ ਲਿਮਿਟ 'ਚ ਹੈ, ਹਰ ਇੱਕ ਚੀਜ਼ ਇੱਕ ਲਿਮਿਟ 'ਚ ਹੈ। ਜੋ ਮਿਰਚ ਹੈ, ਨੂਣ ਹੈ, ਜੋ ਵੀ ਤੁਸੀਂ ਖਾਂਦੇ ਹੋ, ਉਹ ਹਰ ਇੱਕ ਚੀਜ਼ ਅੰਦਰ ਹੈ, ਉਹਦੀ ਇੱਕ ਲਿਮਿਟ ਹੈ। ਪਰ ਜਦੋਂ ਉਸ ਲਿਮਿਟ ਨੂੰ ਤੋੜੋਗੇ, ਵਾਰ-ਵਾਰ ਕੁਦਰਤ ਦੇ ਨਿਯਮ ਨੂੰ ਵਾਰ-ਵਾਰ ਤੋੜੋਗੇ, ਇਸ ਸਰੀਰ ਦੇ ਨਿਯਮ ਨੂੰ ਵਾਰ-ਵਾਰ ਤੋੜੋਗੇ, ਫਿਰ ਬਿਮਾਰੀਆਂ ਲੱਗਣਗੀਆਂ। ਸੋ ਸ਼ੂਗਰ ਹੈ ਜਿਹੜਾ, ਸਾਡਾ ਆਯੁਰਵੇਦ ਤੇ ਕਹਿੰਦਾ ਵੀ ਜੇ ਕਿਸੇ ਨੂੰ 200 ਸ਼ੂਗਰ ਹੈ ਤਾਂ ਉਹਦਾ ਮਤਲਬ ਹੈ ਸਾਡੇ 1 ਲੀਟਰ ਖੂਨ ਦੇ ਵਿੱਚ 2 ਗ੍ਰਾਮ ਮਿੱਠਾ ਹੈ।
ਸਾਡਾ ਆਯੁਰਵੇਦ ਕਹਿੰਦਾ ਵੀ 2.5 ਗ੍ਰਾਮ ਤੱਕ ਵੀ 1 ਲੀਟਰ ਖੂਨ 'ਚ ਮਿੱਠਾ ਹੈ ਤਾਂ ਉਹ ਤੁਹਾਨੂੰ ਨੁਕਸਾਨ ਨਹੀਂ ਕਰਦਾ। ਪਰ ਅੱਜ ਡਰ ਹੀ ਇੰਨਾ ਪਾ ਦਿੱਤਾ ਗਿਆ ਵੀ ਜਿਹਦਾ 200 ਹੈ ਜੀ ਬਸ ਤੂੰ ਤਾਂ ਗਿਆ, ਪਰ ਇੱਦਾਂ ਦਾ ਕੁਛ ਨਹੀਂ ਹੈ। ਡਰਾ ਕੇ ਜ਼ਿਆਦੇ ਲੁੱਟਿਆ ਜਾਂਦਾ, ਡਰਾ ਕੇ ਜ਼ਿਆਦੇ ਤੁਹਾਨੂੰ ਉਸ ਚੀਜ਼ ਦੇ ਵਿੱਚ ਫਸਾਇਆ ਜਾਂਦਾ, ਉਨਾ ਹੀ ਡਰਾਉਂਦੇ ਨੇ ਜਿੰਨਾ ਤੁਸੀਂ ਡਰਦੇ ਹੋ। ਤੁਸੀਂ ਦਲੇਰੀ ਦੇ ਨਾਲ ਹਰ ਇੱਕ ਚੀਜ਼ ਦਾ ਤੁਹਾਡੇ ਹੱਥ 'ਚ ਹੱਲ ਹੈ, ਪਰ ਆਪ ਕਰੋ। ਸਾਰਿਆਂ ਨਾਲੋਂ ਪਹਿਲਾਂ ਸਵੇਰੇ ਜਲਦੀ ਉੱਠੋ, ਰਾਤ ਨੂੰ ਜਲਦੀ ਸੌਂ, ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ, ਖਾਣ ਪੀਣ ਸਿੰਪਲ ਰੱਖੋ, ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਨਾ ਖਾਓ, ਰੋਟੀ ਦੇ ਵਿੱਚ ਸਲਾਦ ਕੱਚੀਆਂ ਚੀਜ਼ਾਂ ਜ਼ਿਆਦਾ ਵਰਤੋ। ਅਸੀਂ ਆਪ ਆਪਣੇ ਜੀਵਨ ਨੂੰ ਥੋੜ੍ਹਾ ਜਿਹਾ ਸੁਧਾਰੀਏ, ਫਿਰ ਅਸੀਂ ਇਸ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਕੱਲੀ ਸ਼ੂਗਰ ਨਹੀਂ, ਸਾਰੀਆਂ ਬਿਮਾਰੀਆਂ ਤੋਂ ਤਾਂ ਹੀ ਬਚਾਂਗੇ ਜੇ ਹਰ ਇੱਕ ਚੀਜ਼ ਨੂੰ ਲਿਮਿਟ ਦੇ ਵਿੱਚ ਰੱਖਾਂਗੇ। ਸੋ ਸ਼ੂਗਰ ਹੈ ਜਿਹੜਾ, ਭਾਵੇਂ ਕਿਸੇ ਨੂੰ 600 ਰਹਿੰਦਾ, ਭਾਵੇਂ ਕਿਸੇ ਨੂੰ 700 ਰਹਿੰਦਾ, ਚਾਹੇ 800 ਰਹਿੰਦਾ, ਜਿੰਨਾ ਮਰਜ਼ੀ ਸ਼ੂਗਰ ਰਹਿੰਦਾ ਕਿਸੇ ਨੂੰ, ਚਾਹੇ ਕੋਈ ਦਿਨ 'ਚ 4-4 ਰਾਤ ਨੂੰ 4-4 ਟੀਕੇ ਲਾਉਂਦਾ, ਜਿਹੜਾ ਮੈਂ ਨੁਸਖਾ ਤੁਹਾਨੂੰ ਦੱਸਣ ਲੱਗਿਆਂ ਗਰੰਟੀ ਸ਼ਟਾਮ ਪੇਪਰ 'ਤੇ ਮੇਰੇ ਤੋਂ ਲਿਖ ਕੇ ਲੈ ਲਓ, 6 ਮਹੀਨੇ ਇਸ ਦਵਾਈ ਨੂੰ ਖਾਣਾ ਜਿਨ੍ਹਾਂ ਦੇ ਟੀਕੇ ਲੱਗਦੇ ਆ। ਜਿੰਨਾ ਗੋਲੀ ਖਾਂਦੇ ਆ ਉਹਨਾਂ ਨੇ ਇਹ ਦਵਾਈ 3 ਮਹੀਨੇ ਖਾਣੀ ਆ। ਮੈਂ ਗਰੰਟੀ ਸ਼ਟਾਮ ਪੇਪਰ 'ਤੇ ਲਿਖ ਕੇ ਦੇਣ ਨੂੰ ਤਿਆਰ ਹਾਂ, ਇਸ ਨੁਸਖੇ ਨੂੰ ਵਰਤ ਲਓ। ਜਿਹੜੇ ਗੋਲੀ ਖਾਂਦੇ ਆ 3 ਮਹੀਨਿਆਂ ਤੋਂ ਬਾਅਦ ਕੋਈ ਤੁਹਾਨੂੰ ਸ਼ੂਗਰ ਨਹੀਂ ਹੋਏਗਾ, ਨੋਰਮਲ 1 ਲੈਵਲ 'ਤੇ ਰਹੇਗਾ। ਜਿਹੜੇ ਟੀਕੇ ਲੱਗਦੇ ਆ ਜਿਨ੍ਹਾਂ ਨੂੰ, ਉਹਨਾਂ ਨੇ 6 ਮਹੀਨੇ ਖਾਣੀ ਹੈ ਦਵਾਈ, 6 ਮਹੀਨਿਆਂ ਤੋਂ ਬਾਅਦ ਤੁਹਾਡਾ ਨੋਰਮਲ ਸ਼ੂਗਰ ਹੋ ਜਾਏਗਾ। 1 ਮਹੀਨੇ ਤੋਂ ਬਾਅਦ ਆ ਜਿਹੜੇ ਢਿੱਡ 'ਚ ਟੀਕੇ ਲਾਉਂਦੇ ਹੋ ਇਹ ਬੰਦ ਕਰ ਦਿਓ। ਸੋ ਇਸ ਨੁਸਖੇ ਨੂੰ ਨੋਟ ਕਰ ਲਓ ਪਹਿਲਾਂ, ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ, ਕਿਉਂਕਿ ਇਹ ਤਾਂ ਹਰ ਇੱਕ ਪਰਿਵਾਰ 'ਚ ਯਾਰ ਬਿਮਾਰੀ ਹੈ। ਤੁਸੀਂ ਘਰ ਦੇ ਵਿੱਚ ਵੀ ਇਹ ਦਵਾਈ ਤਿਆਰ ਕਰ ਸਕਦੇ ਹੋ, ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ 'ਚ ਤੁਸੀਂ ਬਣੀ ਹੋਈ ਦਵਾਈ ਵੀ ਮੇਰੇ ਤੋਂ ਆ ਕੇ ਲਿਜਾ ਸਕਦੇ ਹੋ। ਹਰ ਐਤਵਾਰ ਨੂੰ ਪਿੰਡ ਡਸਕੇ 'ਚ ਨਬਜ਼ ਦੇਖ ਕੇ ਗਰੰਟੀ ਨਾਲ ਇਲਾਜ ਕੀਤੇ ਜਾਂਦੇ ਆ ਸਾਰੀਆਂ ਬਿਮਾਰੀਆਂ ਦੇ। ਸੋ ਨੰਬਰ ਹੈ ਜਿਹੜਾ ਉਹ ਜ਼ਰੂਰ ਨਾਲ ਨੋਟ ਕਰਦਿਆ ਕਰੋ, ਜਦੋਂ ਵੀਡੀਓ ਅੱਗੇ ਸ਼ੇਅਰ ਕਰਦੇ ਹੋ ਕਿਸੇ ਨੇ ਆਉਣਾ ਹੁੰਦਾ ਫੋਨ ਕਰਕੇ, ਫਿਰ ਉਹ ਪੁੱਛ ਲੈਂਦਾ ਰਾਹ ਬਾਰੇ। ਵੈਸੇ ਆਪਾਂ ਹਰ ਐਤਵਾਰ ਮਿਲਦੇ ਹੀ ਮਿਲਦੇ ਹਾਂ। ਸੋ 98-765-52-176 ਇਹ ਨੰਬਰ ਹੈ। ਸੋ ਸ਼ੂਗਰ ਦੇ ਵਿੱਚ ਜਿਹੜੀਆਂ ਚੀਜ਼ਾਂ ਲੈਣੀਆਂ ਨੇ, ਜੜੀ ਬੂਟੀਆਂ ਲੈਣੀਆਂ ਨੇ, ਉਹ ਨੋਟ ਕਰ ਲਓ। ਇਹਦੇ ਵਿੱਚ ਵਿਜੇਸਾਰ 50 ਗ੍ਰਾਮ, ਗੁੜਮਾਰ ਬੂਟੀ 50 ਗ੍ਰਾਮ, ਪਨੀਰ ਡੋਡੀ 50 ਗ੍ਰਾਮ, ਜਾਮਣ ਦੀ ਪਾਊਡਰ ਹੈ ਜਿਹੜਾ ਗਿਟਕਾਂ ਦਾ ਇਹ 50 ਗ੍ਰਾਮ, ਮੇਥੀ ਹੈ ਜਿਹੜੀ ਛੋਟੀ ਬਰੀਕ ਇਹ 50 ਗ੍ਰਾਮ, ਮੇਥੇ ਨੇ ਜਿਹੜੇ ਮੋਟੇ ਇਹ 50 ਗ੍ਰਾਮ, ਤੁਲਸੀ ਦੇ ਕਾਲੀ ਦੇ ਬੀਜ 100 ਗ੍ਰਾਮ ਲੈਣੇ, ਨਿੰਮ ਪੱਤੀ ਹੈ ਜਿਹੜੀ ਇਹ 50 ਗ੍ਰਾਮ ਲੈਣੀ ਹੈ, ਅਤੇ ਇਸੇ ਤਰ੍ਹਾਂ ਝਾੜ ਕਰੇਲਾ ਹੁੰਦਾ ਜਿਹੜਾ ਛੋਟੇ ਕਰੇਲੇ ਉਹ ਲੈਣੇ ਹੈ 50 ਗ੍ਰਾਮ, ਅਤੇ ਵੱਡਾ ਕਰੇਲਾ ਜਿਹੜਾ ਉਹ ਵੀ ਲੈਣਾ 50 ਗ੍ਰਾਮ, ਕੁਟਕੀ ਲੈਣੀ ਹੈ 50 ਗ੍ਰਾਮ, ਅੰਬ ਹਲਦੀ ਲੈਣੀ ਹੈ 50 ਗ੍ਰਾਮ, ਅਤੇ ਇਸੇ ਤਰ੍ਹਾਂ ਕੌੜ ਤੁੰਬਾ ਜਿਹੜਾ ਇਹ ਲੈਣਾ 50 ਗ੍ਰਾਮ, ਸ਼ੁੱਧ ਮਾਰਿਆ ਹੋਇਆ 12 ਸਿੰਗਾ ਭਸਮ ਕੀਤਾ ਹੋਇਆ ਇਹ ਲੈਣਾ 50 ਗ੍ਰਾਮ, ਸ਼ੁੱਧ ਕੀਤਾ ਹੋਇਆ ਕੁਚਲਾ, ਸ਼ੁੱਧ ਜਿੱਤੇ ਮਗਰ ਲੱਗਦਾ ਉਹ ਥੋੜ੍ਹੀਆਂ ਜਿਹੀਆਂ
ਕਹਿ ਲਓ ਵੀ ਖਤਰਨਾਕ ਜੜੀ ਬੂਟੀਆਂ ਹੁੰਦੀਆਂ ਨੇ, ਉਹਨਾਂ ਨੂੰ ਸ਼ੁੱਧ, ਹੁਣ ਤਾਂ ਸ਼ੁੱਧ ਕੀਤੀਆਂ ਹੋਈਆਂ ਮਿਲ ਜਾਂਦੀਆਂ ਪੰਸਾਰੀਆਂ ਤੋਂ ਪਹਿਲਾਂ ਵੈਦ ਨੂੰ ਕਰਨੀਆਂ ਪੈਂਦੀਆਂ ਸੀ। ਸ਼ੁੱਧ ਕੀਤਾ ਹੋਇਆ ਕੁਚਲਾ 50 ਗ੍ਰਾਮ, ਅਰਜਨ ਦੀ ਛਾਲ 50 ਗ੍ਰਾਮ, ਅਤੇ ਕੱਦੂ ਦੇ ਬੀਜ, ਜਿਹੜਾ ਦੇਸੀ ਕੱਦੂ ਹੁੰਦਾ ਉਹਦੇ ਬੀਜ 50 ਗ੍ਰਾਮ, ਇੱਕ ਰਾਮ ਤੋਰੀ ਜਾਂ ਕਾਲੀ ਤੋਰੀ ਕਹਿ ਦਿੰਦੇ ਹਾਂ ਆਪਾਂ, ਉਹਦੇ ਬੀਜ ਨੇ ਜਿਹੜੇ ਉਹ ਵੀ ਲੈਣੇ ਨੇ 50 ਗ੍ਰਾਮ। ਚਾਂਦੀ ਭਸਮ ਇਹਦੇ ਵਿੱਚ 5 ਗ੍ਰਾਮ ਪਾਉਣੀ ਹੈ। ਮਕਰ ਧਵਜ ਭਸਮ ਆਉਂਦੀ ਹੈ ਜਿਹੜੀ, ਉਹ ਲੈਣੀ ਹੈ 10 ਗ੍ਰਾਮ। ਗਲੋਏ ਦਾ ਸੱਤ ਹੈ ਜਿਹੜਾ ਉਹ ਲੈਣਾ 50 ਗ੍ਰਾਮ, ਅਤੇ ਗਲੋਏ ਜਿਹੜੀ ਸਾਬਤ ਹੈਗੀ ਪਾਊਡਰ ਹੈ ਗਲੋਏ ਦਾ ਉਹ ਲੈਣਾ 50 ਗ੍ਰਾਮ। ਦਾਰੂ ਹਲਦੀ 50 ਗ੍ਰਾਮ, ਅਤੇ ਕਲੌਂਜੀ 50 ਗ੍ਰਾਮ। ਲੋਹ ਭਸਮ ਹੈ ਜਿਹੜੀ ਉਹ 30 ਗ੍ਰਾਮ ਇਹਦੇ ਵਿੱਚ ਪੈਣੀ ਹੈ। ਤਾਂਬਾ ਭਸਮ ਹੈ ਜਿਹੜੀ ਉਹ 10 ਗ੍ਰਾਮ ਪੈਣੀ ਹੈ। ਅਸ਼ਵਗੰਧਾ ਜਿਹੜਾ ਇਹ 50 ਗ੍ਰਾਮ ਪੈਣਾ ਹੈ। ਜੈ ਫਲ 50 ਗ੍ਰਾਮ। ਚਾਰੇ ਅਜਵੈਨਾ 10-10 ਗ੍ਰਾਮ। ਇੰਦਰ ਜੌਂ ਕਾਲੇ ਜਿਹਨੂੰ ਕੌੜੇ ਕਹਿੰਦੇ ਹਾਂ ਅਸੀਂ, ਇਹ 50 ਗ੍ਰਾਮ। ਵੇਧਾਰੀ ਗੰਧ ਹੈ ਜਿਹੜਾ ਉਹ ਤੁਸੀਂ ਪਾਉਣਾ 50 ਗ੍ਰਾਮ। ਇਸੇ ਤਰ੍ਹਾਂ ਕੜੂ 50 ਗ੍ਰਾਮ, ਕਾਲੀ ਜੀਰੀ ਹੈ ਜਿਹੜੀ ਉਹ 50 ਗ੍ਰਾਮ। ਇਸੇ ਤਰ੍ਹਾਂ ਬਸੰਤ ਕੁਸ ਮਾਰਕ ਰਸ ਹੈ ਜਿਹੜਾ ਉਹ ਪੈਣਾ 10 ਗ੍ਰਾਮ। ਮੁਕਤਾ ਸ਼ਕਤੀ ਭਸਮ ਹੈ ਜਿਹੜੀ ਉਹ ਪੈਣੀ ਹੈ 30 ਗ੍ਰਾਮ। ਅਬਰਕ ਭਸਮ ਹੈ ਜਿਹੜੀ ਉਹ ਪੈਣੀ ਹੈ 30 ਗ੍ਰਾਮ, ਅਤੇ ਸਵਰਨ ਮਾਸਿਕ ਭਸਮ ਹੈ ਜਿਹੜੀ ਉਹ ਪੈਣੀ ਹੈ 20 ਗ੍ਰਾਮ, ਅਤੇ ਮੋਤੀ ਭਸਮ ਪੈਣੀ ਹੈ ਇਹਦੇ ਵਿੱਚ 10 ਗ੍ਰਾਮ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪੀਸਣੀਆਂ ਨੇ ਉਹ ਪੀਸ ਲੈਣੀਆਂ ਨੇ, ਸਾਰੀਆਂ ਨੂੰ ਇੱਕ ਜਗ੍ਹਾ 'ਤੇ ਮਿਲਾ ਦੇਣਾ। ਇੱਕ ਚਮਚ ਦਵਾਈ ਸਵੇਰੇ, ਇੱਕ ਚਮਚ ਦਵਾਈ ਦੁਪਹਿਰੇ, ਅਤੇ ਇੱਕ ਚਮਚ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ। ਸਵੇਰੇ ਖਾਲੀ ਪੇਟ, ਦੁਪਹਿਰੇ ਵੀ ਰੋਟੀ ਤੋਂ ਘੰਟਾ ਪਹਿਲਾਂ। ਇਹ 3 ਟਾਈਮ ਦਵਾਈ ਨੋਰਮਲ ਤਾਜ਼ੇ ਪਾਣੀ ਦੇ ਨਾਲ ਲੈਣੀ ਹੈ। ਮੈਂ ਸ਼ਟਾਮ ਪੇਪਰ 'ਤੇ ਗਰੰਟੀ ਲਿਖ ਕੇ ਦਿੰਦਾ ਤੁਹਾਨੂੰ, ਜਿੰਨੀ ਮਰਜ਼ੀ ਕਿਸੇ ਦੀ ਸ਼ੂਗਰ ਰਹਿੰਦੀ ਹੈ, ਪਹਿਲੇ 10 ਦਿਨਾਂ ਦੇ ਵਿੱਚ ਬਿਲਕੁਲ ਨੋਰਮਲ ਹੋ ਜਾਏਗੀ। ਗੋਲੀ ਖਾਣ ਵਾਲੇ ਦੀ 1 ਹਫ਼ਤੇ 'ਚ ਨੋਰਮਲ, ਜਿਨ੍ਹਾਂ ਦੇ ਟੀਕੇ ਲੱਗਦੇ ਹੈ ਵੱਧੋ ਵੱਧ 10 ਤੋਂ 15 ਦਿਨਾਂ ਦੇ ਵਿੱਚ ਬਿਲਕੁਲ ਨੋਰਮਲ ਹੋ ਜਾਂਦੀ ਹੈ, ਟੀਕੇ ਬੰਦ ਹੋ ਜਾਂਦੇ ਹੈ। ਜਿਨ੍ਹਾਂ ਨੂੰ ਵੀ ਸ਼ੂਗਰ ਹੈ, ਟੀਕੇ ਲੱਗਦੇ ਹੈ, ਚਾਹੇ 600-700 ਸ਼ੂਗਰ ਹੈ, ਗੋਲੀਆਂ ਖਾਂਦੇ ਹੈ, ਕੋਈ ਟੀਕੇ ਲਾਉਂਦਾ ਹੈ, ਮੈਂ ਗਰੰਟੀ ਲਿਖ ਕੇ ਸ਼ਟਾਮ ਪੇਪਰ 'ਤੇ ਦਿੰਦਾ, 3 ਮਹੀਨੇ ਗੋਲੀ ਖਾਣ ਵਾਲਾ ਇਸ ਨੁਸਖੇ ਨੂੰ ਵਰਤ ਲਏ। ਜਿਨ੍ਹਾਂ ਦੇ ਟੀਕੇ ਲੱਗਦੇ ਹੈ, ਜ਼ਿਆਦਾ ਸ਼ੂਗਰ ਹੈ, ਉਹ 6 ਮਹੀਨੇ ਵਰਤਣਗੇ। ਉਦੋਂ ਬਾਅਦ ਜ਼ਿੰਦਗੀ 'ਚ ਸ਼ੂਗਰ ਦਾ ਲੇਵਲ ਨਹੀਂ ਕਦੇ ਵਧੇਗਾ, ਜ਼ਿੰਦਗੀ 'ਚ ਦੁਬਾਰੇ ਸ਼ੂਗਰ ਨਹੀਂ ਹੁੰਦਾ। ਇਸ ਨੁਸਖੇ ਦੇ ਨਾਲ ਸ਼ੂਗਰ ਬਿਲਕੁਲ ਠੀਕ ਹੋ ਜਾਏਗਾ, ਨੋਰਮਲ ਆਪਣੀ ਜਗ੍ਹਾ 'ਤੇ ਟਿਕ ਜਾਏਗਾ। ਸੋ ਇਸ ਨੁਸਖੇ ਨੂੰ ਅੱਗੇ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ, ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲ ਪਹਿਲ ਦੇ ਆਧਾਰ 'ਤੇ ਪਹੁੰਚ ਸਕੇ। ਬਾਕੀ ਆਪਣਾ ਖਾਣ ਪੀਣ ਸਹੀ ਰੱਖੋ, ਹਰੀਆਂ ਸਬਜ਼ੀਆਂ ਮੌਸਮੀ ਫਲ ਜ਼ਰੂਰ ਵਰਤਿਆ ਕਰੋ, ਸੈਰ ਜ਼ਰੂਰ ਕਰਿਆ ਕਰੋ, ਪਾਣੀ ਵੱਧ ਤੋਂ ਵੱਧ ਪੀਆ ਕਰੋ, ਘੁੱਟ ਘੁੱਟ ਕਰਕੇ ਪੀਆ ਕਰੋ। ਬਾਕੀ ਮੌਸਮ ਅਨੁਸਾਰ ਕੱਪੜੇ ਪਹਿਨੋ, ਖੁੱਲ੍ਹੇ ਡੁੱਲੇ ਮੌਸਮ ਅਨੁਸਾਰ ਹੀ ਤੁਹਾਡਾ ਰਹਿਣਾ ਸਹਿਣਾ ਚਾਹੀਦਾ। ਸੋ ਇਹਨਾਂ ਚੀਜ਼ਾਂ ਨੂੰ ਜੇ ਵਰਤੋਂਗੇ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਇਸ ਕਰ ਜਦੋਂ ਕੁਦਰਤ ਦੇ ਨਾਲ ਇੱਕਮਿੱਕ ਹੋ ਜਾਓਗੇ, ਕੁਦਰਤ ਦੇ ਨਿਯਮਾਂ ਨਾਲ ਖਿਲਵਾੜ ਨਹੀਂ ਕਰੋਗੇ, ਤਾਂ ਤੁਹਾਡੇ ਸਰੀਰ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ। ਜਦੋਂ ਅਸੀਂ ਕੁਦਰਤ ਨਾਲ ਛੇੜਖਾਨੀ ਕਰਦੇ ਹਾਂ, ਸਾਡੇ ਸਰੀਰ ਦੇ ਵਿੱਚ ਫਿਰ ਉਹ
ਦਿੱਕਤ ਆਉਂਦੀ ਹੈ, ਨੁਕਸ ਆਉਂਦੇ ਆ, ਰੋਗ ਆਉਂਦੇ ਆ। ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਤੁਸੀਂ ਜੁੜੇ ਹੋਏ ਹੋ। ਗੱਲਾਂ ਬਹੁਤ ਨੇ ਕਰਨ ਵਾਸਤੇ ਇਸ ਵਿਸ਼ੇ 'ਤੇ, 2 ਘੰਟੇ 'ਚ ਬੁਲਾ ਲਓ, ਪਰ ਕੋਈ ਫਾਇਦਾ ਨਹੀਂ ਹੈ, ਵੀਡੀਓ ਲੰਮੀ ਹੋ ਜਾਏਗੀ। ਤੁਹਾਡੇ ਜੋ ਕੰਮ ਦੀ ਗੱਲ ਹੈ ਉਹ ਮੈਂ ਦੱਸ ਦਿੱਤੀ ਹੈ, ਬਾਕੀ ਜੇ ਕਿਸੇ ਨੇ ਬਣੀ ਹੋਈ ਦਵਾਈ ਲੈ ਕੇ ਜਾਣੀ ਹੈ, ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਹਾਂ। ਪਿੰਡ ਡਸਕਾ ਜਿਹੜਾ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਤਹਿਸੀਲ ਲਹਿਰਾ ਗਾਗਾ, ਹਰ ਐਤਵਾਰ ਆਪਾਂ ਮਿਲਦੇ ਹਾਂ। ਸੋ ਜਿਨ੍ਹਾਂ ਨੇ ਮਿਲਣਾ ਉਹ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆ ਕੇ ਬਣੀ ਹੋਈ ਦਵਾਈ ਲਿਜਾ ਸਕਦੇ ਆ। ਬਾਕੀ ਸਾਰੀਆਂ ਬਿਮਾਰੀਆਂ ਦਾ ਗਰੰਟੀ ਦੇ ਨਾਲ ਇਲਾਜ ਕੀਤਾ ਜਾਂਦਾ ਹੈ। 98-765-52-176 ਇਹ ਨੰਬਰ ਹੈ, ਤੁਸੀਂ ਨੋਟ ਕਰਕੇ ਇਹ 'ਤੇ ਫੋਨ ਕਰਕੇ ਆਪਣੇ ਬਾਰੇ ਕੋਈ ਮੇਰੇ ਤੋਂ ਜਾਣਕਾਰੀ ਲੈਣੀ ਹੈ ਉਹ ਵੀ ਲੈ ਸਕਦੇ ਹੋ। ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।